ਇਸ ਲੋਕੇਸ਼ਨ ਤੇ ਸਿੱਧੂ ਬਾਈ ਨੇ ਵੀ ਸ਼ੂਟ ਕੀਤਾ ਆ। ਆ ਗੱਡੀ ਤੇ ਜਦੋਂ ਮੂਸੇ ਵਾਲਾ ਬਾਈ ਆਇਆ ਸੀ ਇੱਥੇ ਲੈ ਕੇ ਆਂਦਾ ਸੀ ਉਹਨੂੰ। ਰੋਲਸ ਰੋਇਸ ਚ ਜਿਹੜਾ ਦਾ ਇੰਟੀਰੀਅਰ ਦੇਖਿਓ ਲਗਜ਼ਰੀ ਫੀਲ ਆ। ਤੇ ਇਹ ਆ ਜੀ ਉਹ ਲੈਂਬਗਿਨੀ ਹੁਰਾਕਨ ਸਪੋਰਟਸ ਮੋਡਲ ਲੈਂਬਗਿਨੀ। ਲੁੱਕ ਐਟ ਦਿਸ। ਇੱਧਰ ਲੱਗੀ ਜੀ ਲੈਂਬੋ। ਇਹ ਹੈਗੀ ਆ 2003 ਮਾਡਲ, $2.5 million ਦੀ ਆ। ਇਹ ਹੈਗੀ ਆ ਪੋਰਸ਼ੇ 918 ਸਪਾਈਡਰ। ਚਾਰੇ ਬੰਨੇ ਬਸ ਗ੍ਰੈਫਿਟੀ। ਹੁਣ ਅਸੀਂ ਆਏ ਜੀ ਰਿਚਮੰਡ ਵਾਲੀ ਸਾਈਡ ਅਤੇ ਇੱਥੇ ਇੱਕ ਗੱਡੀਆਂ ਦਾ ਸ਼ੋਰੂਮ ਆ। ਉੱਧਰ ਆਏ ਹਾਂ, ਤੁਹਾਨੂੰ ਗੱਡੀਆਂ ਦਿਖਾਉਂਦੇ ਹਾਂ ਵਧੀਆ ਵਧੀਆ। ਦੇਖਿਓ ਯਾਰ ਮਰਕ। ਅੱਛਾ ਪਹਿਲੀ ਗੱਲ ਬਾਈ, ਪਹਿਲੀ ਗੱਲ ਆ ਗੱਡੀ ਤੇ ਜਦੋਂ ਮੂਸੇ ਵਾਲਾ ਬਾਈ ਆਇਆ ਸੀ ਇੱਥੇ ਲੈ ਕੇ ਆਉਂਦਾ ਸੀ ਉਹਨੂੰ। ਅਰੇ ਕਿਆ ਵਾ, ਹਾਂ ਹਾਂ ਤੂੰ ਵੀਡੀਓ ਦਿਖਾਈ ਮੈਨੂੰ। ਠੀਕ ਆ, ਨਹੀਂ ਯਕੀਨ ਤਾਂ ਚੈੱਕ ਕਰ ਲਿਓ ਯੂਟਿਊਬ ਤੇ ਐਂਟਰੀ ਆਫ ਸਿੱਧੂ ਮੂਸੇ ਵਾਲਾ। ਠੀਕ ਆ, ਇਨ ਮੈਲਬਨ 2000 ਰੀਸੈਂਟਲੀ ਇੱਕ ਹੀ ਚ ਆਇਆ ਬਾਈ ਕਿ ਆਈ ਥਿੰਕ 19 ਚ ਹੀ 19 ਚ ਤੋਂ ਬਾਈ ਆਇਆ ਬਾਈ ਇੱਥੇ ਲੈ ਕੇ ਆਉਂਦਾ। ਕਿਆ ਬਾਤ ਰੋਸ ਰੇਸ ਤੇ ਆ ਸਾਹਮਣੇ ਦੀ ਆ ਗੱਡੀ ਦੇਖ ਰਹੇ ਹੋ। $1.5 million ਦੀ ਗੱਲ ਕਰਨੇ ਆ, ਮਤਲਬ ਇੰਡੀਅਨ ਕਿੰਨਾ ਹੋ ਗਿਆ? ਮੈਂ ਨਹੀਂ ਹੁਣ ਇੰਡੀਅਨ ਹੋ ਗਿਆ 8 ਕਰੋੜ ਦੀ ਬਾਈ। ਆ ਦੇਖਿਆ ਰੋਲਸ ਰੋਇਸ ਜਿਹਦੇ ਵਿੱਚ ਸਿੱਧੂ ਮੂਸੇ ਵਾਲਾ ਬਾਈ ਬੈਠਾ ਸੀ। ਠੀਕ ਹੈ, ਆ ਚੀਜ਼ ਨਾਈਸ ਆ ਯਾਰ। ਜਿਹੜਾ ਬਾਈ ਚਲਾ ਕੇ ਲੈ ਗਿਆ ਉਹ ਵੀ ਤੈਨੂੰ ਮਿਲਾਉਣੇ ਹੁਣੇ ਉਹਨਾਂ। ਸ਼ਾਬਾਸ਼ ਸ਼ਾਬਾਸ਼। ਆ ਦੇਖਿਓ ਯਾਰ, ਆ ਤਾਂ ਜਿਨ੍ਹਾਂ ਨੂੰ ਗੱਡੀਆਂ ਪਸੰਦ ਆ ਨਾ ਉਹਨਾਂ ਲਈ ਤਾਂ ਆ ਜਗ੍ਹਾ ਜੰਨਤ ਆ ਯਾਰ। ਇੱਧਰ ਕਿਆ ਦੇਖੋ, ਰੋਲੀ ਲੱਗੀ ਆ। ਇਹ ਵੀ ਬੈਠੀ ਆ, ਇਹ ਵੀ ਯਾਰ, ਇਹ ਵੀ ਸੋਲਡ ਆ। ਆਹ ਚੈੱਕ ਕਰ, ਸੋਲਡ ਆ ਉਹ। ਆ ਦੇਖਿਓ ਆਈਡਰ ਵਰਜਨ ਆ ਪੋਰਸ਼ ਦਾ ਇਹ। ਠੀਕ ਹੈ, $2.5 million ਦੀ ਆ। ਇੱਕ ਵਾਰੀ ਗੱਡੀ ਚੈੱਕ ਕਰੋ। ਵਾਹ ਕ੍ਰੇਜ਼ੀ। ਇਹ ਹੈਗੀ ਆ ਪੋਰਸ਼ੇ 918 ਸਪਾਈਡਰ। ਇੱਧਰ ਲੱਗੀ ਜੀ ਲੈਂਬੋ। ਇਹ ਹੈਗੀ ਆ 2003 ਮਾਡਲ, 2003 ਨਾਈਸ ਆ ਯਾਰ। ਆ ਦੇਖਿਓ ਇੰਟੀਰੀਅਰ ਕਿੰਨਾ ਨੋਰਮਲ ਜਿਹਾ ਵਾ। ਹੁਣ ਤਾਂ ਦਿਖਾਉਂਦੇ ਹਾਂ ਮੋਡੀਫਾਈਡ ਲੈਂਬਗਿਨੀ ਹੁਰਾਕਨ। ਤੋ ਉਧਰ ਮਰਕ ਸਟਾਰਟ ਹੋ ਗਈ ਆ। ਹੁਣ ਬੈਠੇ ਹਾਂ ਜੀ ਆਪਾਂ ਰੋਲਸ ਰੋਇਸ 'ਚ। ਜਿਹੜਾ ਦਾ ਇੰਟੀਰੀਅਰ ਦੇਖਿਓ ਲਗਜ਼ਰੀ ਫੀਲ ਆ। ਇਸ ਲੋਕੇਸ਼ਨ 'ਤੇ ਸਿੱਧੂ ਬਾਈ ਨੇ ਵੀ ਸ਼ੂਟ ਕੀਤਾ ਆ। ਮੈਲਬਨ 'ਚ ਜਦੋਂ ਆਉਂਦਾ ਸੀ ਆਉਂਦਾ ਇੱਥੇ ਸੀ ਪਹਿਲਾਂ।
ਆਪਣਾ ਵੀ ਖੁਸ਼ ਕਰਕੇ ਵਧੀਆ ਪਿਆਰ ਸੀਗਾ ਬਾਈ ਨਾਲ ਵਧੀਆ ਖੁਸ਼ ਰਮਾਣਾ ਬਾਈ ਆ ਇੱਕ ਰਮਾਣਾ ਕਰਕੇ ਉਹਦਾ ਭਰਾ ਸੀ ਉਹ ਉਹਦੇ ਕਰਕੇ ਸਾਡਾ ਨਾਲ ਲਿੰਕ ਬਣਿਆ ਹੋਇਆ ਸਾਡਾ ਵਧੀਆ ਉਹਦੇ ਕਰਕੇ ਸਾਰਾ ਵਧੀਆ ਪਿਆਰ ਸੀਗਾ ਨਹੀਂ ਨਹੀਂ ਵਧੀਆ ਯਾਰ ਬਹੁਤ ਵਧੀਆ ਬੰਦਾ ਸੀਗਾ ਜਿਹੜੇ ਮਿਲੇ ਆ ਉਹਨਾਂ ਨੂੰ ਪਤਾ ਉਹਦੇ ਬਾਰੇ ਬਾਕੀ ਹਾਂ ਲੋਕੀ ਤਾਂ ਜੋ ਮਰਜ਼ੀ ਹਨ ਆਈਡੀਆ ਲਈ ਜਾਣ ਬਟ ਜਿਨ੍ਹਾਂ ਨੂੰ ਮਿਲਿਆ ਵੀਰਾ ਜਿਨ੍ਹਾਂ ਨੂੰ ਮਿਲਿਆ ਉਹਨਾਂ ਨੂੰ ਪਤਾ ਹੁੰਦਾ ਐਕਚੁਅਲ ਦੇ ਵਿੱਚ ਬਾਕੀ ਹੀਰਾ ਸੀਗਾ ਹੀਰਾ ਹੋਤਾ ਆਪਾਂ ਸਹੀ ਗੱਲ ਹੈ ਵੀਰੇ ਕਿਉਂਕਿ ਅਸੀਂ ਕੋਈ ਬੋਲ ਵੀ ਨਹੀਂ ਸਕਦੇ ਉਹਦੇ ਬਾਰੇ ਸਾਨੂੰ ਪਤਾ ਉਹ ਕਿੱਦਾਂ ਸੀਗਾ ਇੰਨਾ ਘੈਂਟ ਬੰਦਾ ਸੀਗਾ ਬਹੁਤ ਜ਼ਿਆਦਾ ਬਰੋ ਇਹ ਮੇਰੀ ਨੀਂਹ ਲਾ ਲਓ ਕਿ ਹਰ ਇੱਕ ਬੰਦੇ ਦੀ ਡ੍ਰੀਮ ਕਾਰ ਆ ਈਵਨ ਨਿਆਮਤ ਦੀ ਵੀ ਹੁੰਦੀ ਆ ਜਿਹੜਾ ਇਹ ਆ ਨਾ ਸਾਰਾ ਮੁੱਲ ਇਹਦਾ ਵਾ ਰੋਲਸ ਰਾਇਸ ਹੁਣ ਤੁਹਾਨੂੰ ਦਿਖਾਉਂਦੇ ਆਪਾਂ ਇੱਕ ਲੈਂਬਗਿਨੀ ਹੁਰੈਕਨ ਮੋਡੀਫਾਈਡ ਉਹ ਰੇਸਾਂ ਵਾਸਤੇ ਯੂਜ਼ ਹੁੰਦੀ ਆ ਪਰ ਉਹ ਮੋਡੀਫਾਈਡ ਬਹੁਤ ਤਗੜੀ ਕੀਤੀ ਹੋਈ ਹੈ ਯਾਰ ਬਾਕੀ ਆਹ ਜਿਹੜੀ ਪੋਰਸ਼ੇ ਨਾ ਸਪਾਈਡਰ 2.5 million ਦੀ ਹੈ ਸਪਾਈਡਰ ਅਤੇ ਇਹ ਆ ਜੀ ਉਹ ਲੈਂਬਗਿਨੀ ਹੁਰੈਕਨ ਸਪੋਰਟਸ ਮੋਡ ਨਾਈਸ ਆ ਯਾਰ ਕਿੰਨੀ ਤਗੜੀ ਮੋਡੀਫਿਕੇਸ਼ਨ ਕੀਤੀ ਇਹਦੇ ਵਿੱਚ ਸਾਰੀਆਂ ਬਾਕੀ ਰੇਸਿੰਗ ਕਾਰਾਂ ਨੇ ਉੱਧਰ ਵੀ ਹੁਣ ਆਪਾਂ ਆਏ ਹਾਂ ਉੱਪਰਲੇ ਫਲੋਰ 'ਤੇ ਗਰਾਊਂਡ ਫਲੋਰ ਅਤੇ ਇੱਥੇ ਲੱਗੀਆਂ ਨੇ ਯਾਰ ਤਗੜੀਆਂ ਗੱਡੀਆਂ ਆਹ ਦੇਖਿਓ ਮਕਲੈਰਨ ਲੈਂਬੋ ਜਿਹੜੀ ਥੱਲੇ ਲੈਂਬੋ ਸੀ ਉਹ ਸਪੈਸ਼ਲ ਰੇਸ ਵਾਸਤੇ ਬਣਾਈ ਆ ਆਹ ਚੈੱਕ ਕਰੋ ਯਾਰ ਦਾ ਕਲਰ ਕਿੰਨਾ ਲਵਲੀ ਆ ਆਪਾਂ ਕਰ ਸਕਦੇ ਹਾਂ ਬੈਂਜ਼ GT ਸਭ ਤੋਂ ਤਗੜੀ 1 ਮਿੰਟ ਆ ਵਾ ਦੇਖਿਓ ਯਾਰ ਮੱਕ ਬਲੈਕ ਸੀਰੀਜ਼ ਮਰਕਰੀ ਜਿਹੜੀ GT ਆ ਨਾ ਯਾਰ AMG ਜਿਹੜੀ ਫਰੰਟ ਲੁੱਕ ਇੰਨੀ ਤਗੜੀ ਹੈ ਨਾ ਥੋੜ੍ਹੀ ਮੋਡੀਫਾਈਡ ਕੀਤੀ ਹੋਈ ਆ ਬਟ ਲੁੱਕ ਐਟ ਦਿਸ ਆਹ ਸਾਰਾ ਕਾਰਬਨ ਫਾਈਬਰ ਲੱਗਾ ਹੋਇਆ ਅਗੇਨ ਲੈਂਬਗਿਨੀ ਨਹੀਂ ਮਕਲੈਰਨ ਕਿੰਨੇ ਸੋਹਣੇ ਸੋਹਣੇ ਮੁੰਡੇ ਖਲੋਤੇ ਯਾਰ ਸਾਹਮਣੇ ਅਤੇ ਇੱਧਰ ਆ ਕਿੰਨੀ ਸੋਹਣੀ ਗੱਡੀ ਖੜੀ ਹੈ ਮਕਲੈਰਨ ਲੈਂਬਗਿਨੀ ਇੱਥੇ ਜਿੰਨੀਆਂ ਵੀ ਗੱਡੀਆਂ ਨੇ ਉਹਨਾਂ ਸਾਰੀਆਂ 'ਚੋਂ ਯਾਰ ਉਹਨਾਂ ਦੀ ਫੇਵਰੇਟ ਹੈਗੀ ਆ ਯੱਪ G63 ਹੁਣ ਚੱਲੀਏ ਕਾਫੀ ਟਾਈਮ ਹੋ ਗਿਆ ਵਾ 1 ਵੱਜ ਗਿਆ ਵਾ ਮੇਰਾ ਫੋਨ ਕਿੱਥੇ ਆ ਦੂਜਾ ਫੋਨ ਲੈਂਬੋ ਛੱਡ ਆਇਆ 30 ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਗੱਡੀ ਕਿਹੜੀ ਫੇਵਰੇਟ ਸੀ ਜਿਹੜੀਆਂ ਗੱਡੀਆਂ ਦਿਖਾਈਆਂ ਪਿੱਛੇ ਮੇਰੀ ਤਾਂ G63
ਤੇ ਨਿਆਮਾ ਜੀ ਮੈਨੂੰ ਪਤਾ ਰੋਲਸ ਰਾਇਸ ਤੇ ਬਾਕੀ ਤੁਸੀਂ ਦੱਸੋ ਕਿ ਤੁਹਾਡੀ ਕਿਹੜੀ ਫੇਵਰੇਟ ਆ ਗੱਡੀਆਂ ਦੇਖਣ ਦੀ ਖੁਸ਼ੀ ਨਹੀਂ ਸੀ ਖੁਸ਼ੀ ਹੈਗੀ ਸੀ ਕਿ ਇੱਥੇ ਸਿੱਧੂ ਬਾਈ ਨੇ ਵੀ ਸ਼ੂਟ ਕੀਤਾ ਹੋਇਆ ਵਾ ਸਿੱਧੂ ਬਾਈ ਇੱਥੇ ਕਾਫੀ ਵਾਰ ਆਇਆ ਹੋਇਆ ਵਾ ਤਾਂ ਕਰਕੇ ਉਹ ਵੱਖਰੀ ਖੁਸ਼ੀ ਸੀ ਯਾਰ ਵਧੀਆ ਲੱਗਾ ਯਾਰ ਇੱਥੇ ਆ ਕੇ